ਸਤਿ ਸ਼੍ਰੀ ਅਕਾਲ ਜੀ। ਹਾਂਜੀ, ਅੱਜ ਅਸੀਂ ਆਏਗੇ ਨਰਮੇ ਦੇ ਖੇਤ ਵਿੱਚ। ਦੇਖੋ, ਨਰਮਾ ਬਹੁਤ ਵੱਡਾ ਹੋਇਆ ਪਿਆ। ਘਰ ਮੇਰਾ ਮਨ ਨਹੀਂ ਲੱਗਦਾ ਸੀਗਾ ਅਤੇ ਨਾਲੇ ਸੋਚਿਆ ਵੀ ਫਲੀਆਂ ਲੈ ਆਵਾਂਗੇ। ਨਰਮਾ ਦੇਖੋ, ਦਿਖਾਉਣੇ ਸਾਨੂੰ ਟਿੰਡੇ ਲੱਗੇ ਪਏ ਹੈਗੇ। ਦੇਖੋ, ਪਹਿਲਾਂ ਨਰਮੇ ਦੀ ਵੀਡੀਓ ਸ਼ੇਅਰ ਕੀਤੀ ਸੀਗੀ, ਛੋਟਾ ਸੀ ਨਰਮਾ। ਇਹ ਦੇਖੋ, ਹੁਣ ਫਲ ਚੱਕ ਲਿਆ ਇਹਨੇ, ਟਿੰਡੇ ਬਣ ਗਿਆ। ਅੱਗੇ ਅਗਲੀ ਵੀਡੀਓ ਸ਼ੇਅਰ ਕਰਾਂਗੇ ਨਰਮਾ ਜਦੋਂ ਖਿੜ ਗਿਆ, ਇਹ ਦਿਖਾਵਾਂਗੇ ਵੀ ਕਿਵੇਂ ਚੁਗਿਆ ਜਾਂਦਾ ਗਾ। ਹੁਣ ਅਸੀਂ ਗੁਮਾਰਾ ਦੇਖਾਂਗੇ। ਹਾਂਜੀ, ਆ ਦੇਖੋ ਗੁਮਾਰਾ ਲੱਗਿਆ ਹੋਇਆ। ਦੇਖ ਸਕਦੇ ਹਾਂ ਵੱਡੀਆਂ ਫਲੀਆਂ ਲੱਗੀਆਂ ਹੋਈਆਂ ਨੇ ਗੁਮਾਰੇ ਦੀਆਂ। ਇਹਨਾਂ ਨੂੰ ਤੋੜਾਂਗੇ। ਸੋਚਿਆ ਨਾਲ ਖੇਤ ਗੇੜਾ ਮਾਰੇ ਆਵਾਂਗੇ, ਨਾਲ ਫਲੀਆਂ ਲੈ ਆਵਾਂਗੇ। ਹਾਂਜੀ, ਦੇਖੋ ਫਲੀਆਂ ਤੋੜੀਆਂ ਨੇ ਮੈਂ, ਹੋਰ ਤੋੜਦੀ ਹਾਂ। ਵਿੱਚ ਮੈਂ ਵੱਢਦੀ ਨਹੀਂ, ਗਰਮੀ ਬਹੁਤ ਜ਼ਿਆਦਾ ਹੈਗੀ ਤਾਂ ਕਰਕੇ ਅਸੀਂ ਬਾਰ ਬਾਰ ਲਾਇਆ ਦੁਬਾਰਾ। ਇਹਨਾਂ ਦੀ ਘਰ ਚੱਲ ਕੇ ਸਬਜ਼ੀ ਬਣਾਵਾਂਗੇ। ਤੋੜਨੀਆਂ ਬਹੁਤ ਔਖੀਆਂ ਨੇ, ਕੰਡ ਵੀ ਬਹੁਤ ਹੁੰਦੀ ਇਹਨਾਂ 'ਤੇ। ਦੇਖੋ ਚਿੱਬੜ ਮਿਲੇ ਆ ਮੈਨੂੰ ਥੋੜ੍ਹੇ ਜਿਹੇ। ਚਟਨੀ ਬਹੁਤ ਟੇਸਟੀ ਬਣਦੀ ਇਹਨਾਂ ਦੀ, ਆਪਾਂ ਸਬਜ਼ੀ ਵਿੱਚ ਵੀ ਪਾ ਸਕਦੇ ਹਾਂ। ਦੇਖੋ ਜੀ, ਅਸੀਂ ਖੇਤ ਗਏ ਸੀ, ਦੇਖੋ ਫਲੀਆਂ ਲੈ ਆਏਗੇ, ਕੱਟਣੀਆਂ ਇਹ ਮੈਂ, ਅਤੇ ਪਿਆਜ਼ ਕੱਟਿਆ, ਟਮਾਟਰ ਕੱਟਿਆ ਅਤੇ ਦੋ ਮੈਂ ਹਰੀਆਂ ਮਿਰਚਾਂ ਕੱਟੀਆਂ। ਅਤੇ ਹੁਣ ਮੈਂ ਤੜਕਾ ਲਾਵਾਂਗੀ ਇਹਨਾਂ ਨੂੰ, ਅਤੇ ਸਭ ਤੋਂ ਪਹਿਲਾਂ ਮੈਂ ਅੱਗ ਮਚਾਵਾਂਗੀ। ਅੱਗ ਮੱਚ ਗਈ ਹੈ ਸਾਡੀ, ਪਰਾਹੀ ਕਰਾਂਗੇ। ਪਰਾਹੀ ਗਰਮ ਹੋ ਗਈ ਹੈ ਸਾਡੀ। ਤੇਲ ਗਰਮ ਹੋ ਗਿਆ, ਬਸ ਜੀਰਾ ਪਾਵਾਂਗੇ ਪਹਿਲਾਂ, ਥੋੜ੍ਹਾ ਪਿਆਜ਼ ਪਾਵਾਂਗੇ। ਪਿਆਜ਼ ਭੁੰਨਾਂਗੇ ਪਹਿਲਾਂ, ਪਿਆਜ਼ ਭੁੱਜ ਗਿਆ, ਅਤੇ ਮੈਂ ਹਰੀ ਮਿਰਚ ਪਾਵਾਂਗੀ। ਮਿਰਚਾਂ ਵੀ ਭੁੱਜੀਆਂ ਨੇ, ਹੁਣ ਟਮਾਟਰ ਪਾਵਾਂਗੇ, ਦੋ ਮਿੰਟ ਲੈ ਲਵਾਂਗੇ ਭੁੰਨਾਂਗੇ।
salah satu pun juga menasalnya sama kita lah. Masalahnya punya mandiman celai pun lain. Ya, aku undangnya sini, soalnya menarikkan. Sekarang ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਸਾਡੇ ਚੈਨਲ ਦਾ ਨਾਮ ਹੈਗਾ ਖਿਆਲਾ ਸਾਹਿਬ ਤੇ ਅਸੀਂ ਨਵਾਂ ਚੈਨਲ ਬਣਾਇਆਗਾ ਹੁਣ ਇਹ ਨਵੇਂ ਚੈਨਲ ਦੇ ਵੀਡੀਓ ਪਾਇਆ ਕਰਾਂਗੇ ਤੇ ਜਿਵੇਂ ਤੁਸੀਂ ਸਾਨੂੰ ਪਹਿਲਾਂ ਪਿਆਰ ਕਰਦੇ ਸੀ ਇਸੇ ਤਰ੍ਹਾਂ ਸਾਨੂੰ ਉਮੀਦ ਆ ਵੀ ਹੁਣ ਵੀ ਇਸੇ ਤਰ੍ਹਾਂ ਹੀ ਪਿਆਰ ਦਿਓਗੇ ਧੰਨਵਾਦ ਜੀ